ਸਤਿ ਸ਼੍ਰੀ ਅਕਾਲ ਦੋਸਤੋ, ਸਾਡਾ ਹੋ ਗਿਆ ਹੁਣ ਉੱਧਰ ਪਸ਼ੂਆਂ ਦਾ ਟਾਈਮ। ਅਸੀਂ ਜਾ ਰਹੇ ਹਾਂ ਆਪਣੇ ਪਸ਼ੂਆਂ ਦੇ ਕੋਲ, ਅਤੇ ਦੇਖੋ ਤੁਸੀਂ ਸਾਰੇ ਆਪਾਂ ਆਪਣੇ ਕੰਮ ਕਰ ਰਹੇ ਹਾਂ। ਹਾਂਜੀ, ਆਪਣਾ ਕੰਮ, ਪਸ਼ੂਆਂ ਦੀ ਸਾਫ਼ ਸਫਾਈ ਹੋ ਗਈ ਹੈ ਸ਼ੁਰੂ। ਸਾਰੇ ਆਪੋ ਆਪਣਾ ਕੰਮ ਕਰਦੇ ਪਏ ਆ, ਹਸਬੈਂਡ ਅਤੇ ਬੇਟੀ ਕਰਨ ਡੇ ਆ, ਗੋਹਾ ਚੱਕਦੇ ਪਏ ਆ, ਅਤੇ ਸਾਡਾ ਕੰਮ ਹੈਗਾ ਵਾ ਤੂੜੀ ਦਾ। ਅਸੀਂ ਤੂੜੀ ਚੱਕ ਕੇ ਪਾਵਾਂਗੇ। ਇੱਧਰ ਫਰੈਂਡ ਤੁਸੀਂ ਦੇਖੋ, ਸਾਡੇ ਆਪਣੇ ਵੇਲਾਂ ਬਹੁਤ ਵੱਡੀਆਂ ਵੱਡੀਆਂ ਹੋ ਗਈਆਂ ਵਾ, ਲੇਕਿਨ ਹਾਲੇ ਤੀਕਰ ਇਹਨਾਂ ਨੂੰ ਲੱਗਾ ਕੁਛ ਨਹੀਂ ਆ, ਦੇਖ ਸਕਦੇ ਤੁਸੀਂ। ਕਿਤੇ ਕਿਤੇ ਵਿੱਚ ਫਲ ਵੀ ਲੱਗਾ ਵਾ, ਮਿੱਠੇ ਕੱਦੂ ਆ। ਇੱਧਰ ਵੀ ਹੈਗੀਆਂ ਸਬਜ਼ੀਆਂ ਸਾਰੀਆਂ। ਆ ਅਸੀਂ ਕੁੱਪ ਬੰਨੇ ਆ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਅਸੀਂ ਰੱਖੀ ਸੀਗੀ ਤੂੜੀ, ਜਿਹੜੀ ਕਿ ਹੈਗੀ ਆ ਆਪਣੀ ਖੁੱਲ੍ਹੀ, ਅਸੀਂ ਸੁੱਟੀ ਸੀਗੀ, ਅਤੇ ਇਹਦੇ ਵਿੱਚ ਅਸੀਂ ਹੁਣ ਪਾਵਾਂਗੇ, ਇੱਥੋਂ ਤੂੜੀ ਪਾਵਾਂਗੇ। ਕੁਛ ਅਸੀਂ ਆ ਕੁੱਪਾਂ ਵਿੱਚ ਬੰਨੀ ਸੀਗੀ, ਇਹ ਤਾਂ ਹਾਲੇ ਆਪਾਂ ਨਹੀਂ ਛੇੜੀ ਹੈਗੀ, ਇੱਥੇ 6 ਟਰਾਲੀਆਂ ਸੁੱਟੀਆਂ ਸੀਗੀਆਂ, ਅਤੇ ਇਹ ਆਪਾਂ ਹਲੇ ਯੂਜ਼ ਕਰਦੇ ਪਏ ਹਾਂ। ਫਰੈਂਡ ਮੈਂ ਹੁਣ ਆਪਣੀ ਤੂੜੀ ਪਾ ਲਈ ਆ, ਅਤੇ ਤੂੜੀ ਪਾ ਕੇ ਹੁਣ ਅਸੀਂ ਪੱਠੇ ਪਾ ਕੇ ਫਿਰ ਫ੍ਰੀ ਹੋ ਜਾਣਾ। ਤੁਸੀਂ ਦੇ ਸਕਦੇ ਹੋ ਕਿ ਅਸੀਂ ਖੁੱਲ੍ਹੀਆਂ ਵਿੱਚ ਪਾ ਲਈ ਆ ਤੂੜੀ, ਅਤੇ ਹੁਣ ਅਸੀਂ ਫਟਾਫਟ ਆਪਾਂ ਪੱਠੇ ਪਏ ਆ ਆਪਣੇ ਕੁੱਕ ਵਿੱਚ, ਕੁਤਰ ਕੇ ਆਪਾਂ ਫਟਾਫਟ ਪਾ ਦੇਣੇ ਇਹਨਾਂ ਨੂੰ, ਅਤੇ ਆਪਣਾ ਜਿਹੜਾ ਕੰਮ ਹੋਊਗਾ ਉਹ ਫਿਨਿਸ਼ ਹੋ ਜਾਣਾ। ਨੀਚੇ ਆ ਜਾ, ਨੀਚੇ ਇੱਕ ਬੇਟੀ ਮੇਰੀ ਉੱਧਰ ਲੱਗੀ ਹੋਈ ਆਪਣੇ ਪਾਪਾ ਨਾਲ ਹੈਲਪ ਕਰਾਉਣ। ਫਰੈਂਡ ਆਹ ਹੈਗੀ ਸਾਡੀ ਤਾਜ਼ੀ ਮੱਝ, ਅਸੀਂ ਸੂਈ ਸੀਗੀ, ਜਿਹੜੀ ਬਹੁਤ ਵਧੀਆ ਦੁੱਧ ਦੇ ਰਹੀ ਹੈ ਇਸ ਟਾਈਮ। ਫਰੈਂਡ ਤੁਸੀਂ ਦੇਖੋ, ਕੁੜੀ ਮੇਰੀ ਸਾਰੀ ਗਰਮੀ ਨਾਲ ਭਿੱਜ ਗਈ ਵਿਚਾਰੀ ਕੰਮ ਕਰਦੀ ਕਰਦੀ। ਫਰੈਂਡ ਇੱਕ ਸਾਡੀ ਆ ਗਈ ਆ, ਇਹਦਾ ਨਾਂ ਹੈਗਾ ਸ਼ੰਨੋ, ਨਵਜੋਤ ਸ਼ੰਨੋ ਨੂੰ ਲੈ ਕੇ ਆ ਗਈ ਆ। ਇਹ ਥੋੜ੍ਹਾ ਹੁਣ ਘੁੰਮੂਗੀ, ਸਿੱਧਾ ਪਾਣੀ ਪੀਊਗੀ, ਉਸ ਤੋਂ ਬਾਅਦ ਖਾਊਗੀ ਉੱਥੋਂ ਜਾ ਕੇ ਤੂੜੀ। ਫਰੈਂਡ ਗੋਹੇ ਦਾ ਕੰਮ ਸਾਡਾ ਹੋ ਚੁੱਕਾ ਖਤਮ, ਅਤੇ ਤੂੜੀ ਅਸੀਂ ਪਾ ਲਈ ਆ, ਅਤੇ ਆ ਰਿਹਾ ਹੈ ਸਾਡਾ ਸੁਲਤਾਨ ਪਾਤਸ਼ਾਹ। ਇਹ ਬਹੁਤ ਨਟਖਟ ਹੈਗਾ, ਇਹਨੇ ਪਹਿਲਾਂ ਤਾਂ ਪੀਊਗਾ ਪਾਣੀ, ਫਿਰ ਲਾਊਗਾ ਦੌੜਾਂ, ਦੌੜ ਦੌੜ ਕੇ ਫਿਰ ਐਡੀ ਤਕੜੀ ਜੀਭ ਕੱਢ ਲੈਂਦਾ ਹੈ, ਆਪਣਾ ਜੀ ਖੁਸ਼ ਕਰਦਾ ਦੌੜ ਦੌੜ ਕੇ। ਦੇਖੋ ਤੁਸੀਂ ਹੁਣ ਸਾਡੀ ਰਾਣੋ, ਤੇ ਇਹਦਾ ਨਾਂ ਹੈਗਾ ਮਾਣੋ।
ਐਕਸੀਡੈਂਟ ਹੋਤੇ ਹੋਤੇ ਬਚ ਗਿਆ। ਮਾਣੋ ਮਾਣੋ ਸੁਣੀ, ਜਲਦੀ ਜਲਦੀ ਪਾ ਚੱਲਣ ਪਰ ਫਰੈਂਡ। ਹੁਣ ਬਸ ਅਸੀਂ ਪੱਠੇ ਕੁੱਤਰ ਲੱਗੇ ਹਾਂ, ਪੱਠੇ ਕੁੱਤਰ ਕੇ ਆਪਾਂ ਫਟਾਫਟ ਇਹਨਾਂ ਨੂੰ ਪਾ ਦਿੰਦੇ ਹਾਂ। ਫਰੈਂਡ ਦੇਖੋ ਕੁੜੀ ਦੇ ਮਗਰ ਹੀ ਸੁਲਤਾਨ ਏਡੀ ਛੇਤੀ ਦੌੜ ਦੌੜ ਕੇ ਆ ਗਿਆ। ਬਹੁਤ ਨਟਖਟ ਹੈਗਾ ਵਾ, ਬਹੁਤ ਸ਼ਰਾਰਤੀ ਕਰਦਾ ਹੈ।